अम्मा अम्मा साबरा ओ किधर गई है की हाल है अम्मा जी चंगे हाल है बोल तू सुना मैं शुक्र है अल्लाह पाक दा जड़ दे गुजर बंजर वाह वाह आ बकरी ते दो पठोरे मैं तेरे वास्ते लेके आया व्या तो पहले डोआ डवाई लाई खलोता है तो शरीक मैनू गल्ला कर सेण अगले अक्सेंट जवाई भाई नु पहले ही खा गई है ओए अम्मा आ लोका ता गल्ला करनी है होंदियां ਉਹਨਾਂ ਦੀ ਦਿਲ ਲੈ ਆਉਂਦੀ ਕਿ ਦੋ ਖਾਨਦਾਨ ਆਪਸ ਵਿੱਚ ਰਹਿਣ ਨਾ ਉਹ ਵਿੱਚ ਸੁਰਲੀਆਂ ਪਟਾਕੇ ਛੱਡ ਦੇਣ ਆਦਾ ਇੰਜਵਾਏ ਕਰਦੇ ਨੇ ਮਜ਼ਾ ਲੈਂਦੇ ਦੋ ਖਾਨਦਾਨਾਂ ਨੂੰ ਦੂਰ ਕਰਕੇ ਲੋਕੀ ਖੁਸ਼ ਹੁੰਦੇ ਨੇ ਤੇ ਮੈਂ ਆਨਾ ਆਪਣਾ ਇੱਕੋ ਖਾਨਦਾਨ ਬਣ ਜਾਵੇ ਮੈਂ ਜੋ ਕਮਾਵਾਂ ਆਦੀ ਮਾਂ ਦੇ ਕਦਮਾਂ ਦੇ ਥੱਲੇ ਰੱਖਾਂ ਚਾ ਉਹ ਮਾਇਆ ਤਾਂ ਇਤਨਾ ਆਦੀ ਮਾਂ ਨੂੰ ਪਿਆਰ ਨਹੀਂ ਕਰਦਾ ਜਿਤਨਾ ਤੈਨੂੰ ਪਿਆਰ ਕਰਦਾ ਇਹ ਨਜ਼ਰਾਨਾ ਕਬੂਲ ਕਰ ਲਾ ਕਿ ਆ ਸੰਗੜਾ ਹੈ ਇਹ ਠੀਕ ਆਉਂਦਾ ਪਿਆ ਓ ਮੇਰੀ ਡਿਬਰੀ ਸ਼ਾਬਾਸ਼ ਸ਼ਾਬਾਸ਼ ਮੇਰਾ ਵਕੀਲ ਅੰਮਾ ਜੀ ਇਹ ਤੁਸੀਂ ਰੱਖੋ ਇਹ ਬੱਕਰੀ ਰੱਖੋ ਇਹ ਬੱਚੇ ਜਿਤਨੇ ਵੀ ਉਸਨੇ ਤੇਰੇ ਬੱਕਰੀ ਮੇਰੀ 50 ਸਾਲਾਂ ਬਾਅਦ ਬਲਕੇ ਮੇਰੀ ਬੱਕਰੀ ਕੀ ਹੈ ਹੁਣ ਤਾਂ ਮੇਰਾ ਸਾਰਾ ਕੁਝ ਹੀ ਤੁਹਾਡਾ ਹੈ ਜੇ ਸੁਗਰੀ ਮੇਰੀ ਹੈ ਹੈਂ ਤੇ ਮੇਰੀ ਹਰ ਸ਼ਾਇ ਤੁਹਾਡੀ ਅੱਛਾ ਪੁੱਤਰ ਤੂੰ ਨਾ ਹੀਰਾਨ ਨਾ ਹੈ ਤੇ ਉੱਤੇ ਕਿੱਲੇ ਨਾਲ ਬਾਂਧ ਚਾ ਤੇ ਪਰ ਹੈ ਕਿ ਮੈਨੂੰ ਇਹ ਧੜਕੂ ਲੱਗਾ ਖੜਾਈ ਸੁਗਰੀ ਤੇਰੇ ਤੇ ਡਿੱਡੂ ਨਾ ਹੀ ਰਾਜ਼ੀ ਹੈ ਅੰਮਾ ਸੁਗਰੀ ਨੂੰ ਰਾਜ਼ੀ ਕਰਨਾ ਤੇਰਾ ਕੰਮ ਹੈ ਮੇਰੀ ਤੋ ਗੱਲ ਨਹੀਂ ਸੁਣਦੀ ਹੁਣ ਮੈਂ ਸਾਰਾ ਕੁਝ ਤੇਰੇ ਹਵਾਲੇ ਇਸੇ ਵਾਸਤੇ ਕਰਦਾ ਪਿਆ ਕਿ ਤੂੰ ਉਹਨੂੰ ਮਨਾ ਗੱਲ ਹੈ ਮੇਰਾ ਤਾਂ ਬਈ ਚਿੱਟਾ ਧੋਤਾ ਹੈ ਜ਼ਬਾ ਬਈ ਹੁਣ ਉਹ ਨਾ ਮੰਨੇ ਤਾਂ ਹੁਣ ਮੈਂ ਇੱਥੇ ਕੀ ਕਰਸਾਂ ਨਹੀਂ ਕੋਈ ਗੱਲ ਨਹੀਂ ਨਾ ਮੰਨੀ ਤਾਂ ਨਾ ਮੰਨੀ ਤੇ ਮੈਂ ਆਦੀਆਂ ਬੱਕਰੀਆਂ ਆਦਾ ਮਾਲ ਜਿਹੜਾ 2-2.5 ਲੱਖ ਰੁਪਇਆ ਤੁਹਾਨੂੰ ਖਵਾ ਚੁੱਕਿਆ ਉਹ ਮੈਂ ਵਾਪਸ ਲੈ ਲਈ ਸਾ ਕੋਈ ਗੱਲ ਨਹੀਂ ਮੇਰੇ ਪੁੱਤਰ ਉੱਥੇ ਮਾਲ ਤੋਂ ਬਾਹਰ ਨਾ ਤੇ ਐਡੀ ਵੀ ਗੱਲ ਕਾਇਨ ਮੈਨੂੰ ਜ਼ੋਰੋ ਵਾਰ ਨਾ ਹੀ ਹੋਣ ਦੇਣੀ ਆ ਆ ਗੱਲ ਹੋਈ ਨਾ ਅੰਮਾ ਆ ਗੱਲ ਕੀਤੀ ਮਰਦਾਂ ਵਾਲੀ ਗੱਲ ਕੀਤੀ ਆ ਦੀ ਗੱਲ ਤੇ ਕਾਇਮ ਰਹੋ ਇਹ ਸਾਰਾ ਹਿਸਾਬ ਕਿਤਾਬ ਆ ਦੇ ਹੱਥ 'ਚ ਰੱਖ ਛੋਏ ਰਗਾ ਨਿਕਲ ਜਾਵੇ ਮੂੰਹ ਜ਼ੋਰੋ ਵਾਰ ਹੋ ਜਾਵੇ ਇਹ ਕੋਈ ਗੱਲ ਤਾਂ ਨਹੀਂ ਨਾ ਤੂੰ ਮਾਂ ਤੂੰ ਜੋ ਮਰਜ਼ੀ ਕਰੇ ਤੂੰ ਜੋ ਫੈਸਲਾ ਕਰੇਗੀ ਤੂੰ ਸਹੀ ਫੈਸਲਾ ਕਰੇਗੀ ਆ ਜਾ ਡਿਬਰੀ ਬਣੀ ਗਈ ਇਸ ਘਟੀਆ ਬੰਦੇ ਕੋਲ ਪੈਸੇ ਤਾਂ ਲਾਏ ਬੈਠੀ ਆ ਤਾਂ ਲਾਏ ਮੈਂ 2-2.5 ਲੱਖ ਰੁਪਇਆ ਇਸ ਮੈਂ ਛੱਡਣਾ ਕੋਈ ਨਹੀਂ ਹੁਣ ਮੈਂ ਸੁਗਰੀ ਮਨਾਵਣੀ ਪਾਏ ਗਈ ਸੁਗਰੀ ਤੈਨੂੰ ਮੈਂ ਗੱਲ ਕਰਾਂ ਕਰ ਜੇ ਰਮਜ਼ੀ ਆ ਪਿਛਲੇ ਸਾਲ 2 ਗਾਂ ਵੀ ਦੇ ਗਿਆ ਹਾਂ ਤੇ ਹੁਣ 5-6 ਬੱਕਰੀਆਂ ਵੀ ਦੇ ਗਿਆ ਮੋੜ ਤੇ ਤੈਨੂੰ ਈਦ ਬਕਰੀਦ ਭਰੀ ਤੈਨੂੰ ਸੋਹਣੀ ਦੇ ਕੇ ਜਾਂਦਾ ਓ ਤੇ ਮੈਂ ਉਹਦੇ ਘਰੇ ਕਦੋਂ ਮੰਗਣ ਗਈ ਆ ਲਾਲਚ ਨੂੰ ਤਾਂ ਤੂੰ ਪਈ ਖਲੋਤੀ ਐ ਮੈਂ ਸਾਰੀਆਂ ਗੱਲਾਂ ਸਮਝਣੀ ਆ ਮੇਰੇ ਅੱਗੋਂ ਦੀ ਤਰੀਫਾ ਨਾ ਕਰ ਪਈ ਹਾਏ ਐਨ ਬੜੀ ਇਹ ਕਿਹੜੀ ਗੱਲ ਕੀਤੀ ਖੋਤੀ ਮੈਂ ਕਿਹੜਾ ਲਾਲਚ ਨੂੰ ਪਈ ਖਲੀ ਮੈਨੂੰ ਦੱਸੋ ਕਿਹੜੀ ਮਾਂ ਹੈ ਜਿਹੜੀ ਔਲਾਦ ਦਾ ਬੁਰਾ ਸੋਚਦੀ ਏ ਤੂੰ ਮੰਦਾ ਨੇ ਨਾ ਸੋਚਦੀ ਪਈ ਤੇ ਚੰਗਾ ਵੀ ਕੋਣ ਸੋਚਦੀ ਪਈ ਤੈਨੂੰ ਕੀ ਜ਼ਰੂਰਤ ਉਹਦੇ ਕੋਲ ਬੱਕਰੀਆਂ ਗਾਵਾਂ ਲੈ ਕੇ ਤੇ ਬੂਹਾ ਤੇ ਮੰਨਣ ਦੀ ਉਹਦਾ ਮੂੰਹ ਵੇਖਦੀ ਵੇ ਤਵਾ ਹੁੰਦਾ ਹੈ ਕਾਲਾ ਸ਼ਾਦ ਉਹਦਾ ਮੂੰਹ ਹੈਗਾ ਮੇਰੇ ਨਾਲ ਜੱਚਦਾ ਵੀ ਹੈਗਾ ਥੋੜਾ ਜਿਹਾ ਹੋਵੇ ਤਾਂ ਆ ਜਾਂਦਾ ਤੈਨੂੰ ਬੱਕਰੀਆਂ ਗਾਵਾਂ ਦਾ ਲਾਲਚ ਦਿੰਦਾ ਤੇਰੇ ਬੂਹਾ ਦਵਾਨ ਜਾਂਦਾ ਹੈਗਾ ਤੂੰ ਜਿਹੜੀ ਉਹਦੀਆਂ ਤਰੀਫਾਂ ਮੇਰੇ ਅੱਗੋਂ ਕਰਨੀ ਮੇਰੇ ਅੱਗੋਂ ਦੀ ਤਰੀਫਾਂ ਨਾ ਕੀਤੀਆਂ ਕਰ ਇੱਕ ਗੱਲ ਸੁਣ ਲਾ ਜਿੰਨੀਆਂ ਮਰਜ਼ੀ ਉਹਦੇ ਕੋਲ ਬੱਕਰੀਆਂ ਗਾਵਾਂ ਲੈ ਲਾ ਪਰ ਮੈਂ ਉਹਦੇ ਨਾਲ ਸ਼ਾਦੀ ਕੋ ਨਹੀਂ ਕਰਾਵਣੀ ਹਾਂਜੀ ਹੁਣ ਤੂੰ ਮੇਰੀ ਮਾਂ ਬਣੀ ਬੈਠੀ ਹੈ ਤੈਨੂੰ ਉਹਦੇ ਨਾਲ ਸ਼ਾਦੀ ਕਰਾਵਣੀ ਪਵੇ ਭਾਵੇਂ ਉਹ ਕਾਲਾ ਤੇ ਭਾਵੇਂ ਉਹ ਚਿੱਟਾ ਹੈ ਮੈਂ ਜਦੋਂ ਆਖ ਦਿੱਤਾ ਮੇਰਾ ਦਿਲ ਉਹਦੇ ਨਾਲ ਕੋ ਨਹੀਂ ਸ਼ਾਦੀ ਕਰਾਵਣੀ ਤੇ ਤੂੰ ਜ਼ਬਰਦਸਤੀ ਕਰ ਲਈ ਸੀ ਉਹਦੇ ਨਾਲ ਮੇਰੀ ਸ਼ਾਦੀ ਤੂੰ ਨਾ ਮੰਨੀਏ ਨਾ ਤਾਂ ਮੈਨੂੰ ਜ਼ਬਰਦਸਤੀ ਵੀ ਕਰਨੀ ਪਈ ਨਾ ਤਾਂ ਮੈਂ ਕਰ ਲੈਸਾਂ ਅੱਛਾ ਮੋੜ ਜ਼ਬਰਦਸਤੀ ਤੂੰ ਕਰ ਲੈ ਵੀ ਸ਼ਾਦੀ ਜਦੋਂ ਮੈਂ ਨਹੀਂ ਮੰਨਾ ਤੂੰ ਕਿਵੇਂ ਕਰਸੇ ਸੁਗਰੀ ਇਹਨਾਂ ਗੱਲਾਂ ਤੋਂ ਤੂੰ ਹਟ ਜਾ ਮੈਂ ਤੇਰਾ ਚੰਗਾ ਸੋਚਦੀ ਪਈ ਆ ਹਾਂਜੀ ਅੱਜ ਨਾ ਕਿਵੇਂ ਮੂੰਹ ਸੱਜੀ ਹੋਣ ਖੈਰ ਹੋਵੇ ਮੋਲਾ ਬਖਸ਼ਾ ਮੂੰਹ ਸੁੱਜੋ ਹੋਣੇ ਨੇ ਕਿ ਗੱਲ ਮੇਰੇ ਵਾਸਤੇ ਚ ਨਹੀਂ ਰਹਿ ਗਈ ਕਿਉਂ ਅੰਮਾ ਜਿਹੜੀ ਲਾਲਚ ਨੂੰ ਪਈ ਖਲੀ ਹੈ ਰਮਜ਼ੀ ਕਦੀ ਬੱਕਰੀ ਲਈ ਆਉਂਦਾ ਕਦੀ ਗਾਂ ਲਈ ਆਉਂਦਾ ਕਦੀ ਵੱਛੀ ਲਈ ਆਉਂਦਾ ਤੇ ਮਾਂ ਮੇਰੇ ਨੂੰ ਰਮਜ਼ੀ ਤੋਂ ਇਲਾਵਾ ਦੁਨੀਆ ਜਾਣ ਤੱਕ ਚੰਗਾ ਬੰਦਾ ਲੱਗਦਾ ਹੀ ਨਹੀਂ ਪਿਆ ਉਹਵਾ ਇੱਕੋ ਰਮਜ਼ੀ ਜਿਹੜੋਂ ਦੀ ਅੱਖਾਂ ਦਾ ਤਾਰਾ ਬਣਿਆ ਖਲੋਤਾ ਹੈਗਾ ਰਮਜ਼ੀ ਤੇਰੀ ਮਾਂ ਦੇਖੀ ਤੇ ਐਂ ਚੜਿਆ ਖਲਾ ਜਿਵੇਂ ਤਿਰਵਰਾ ਚੜਿਆ ਖਲੋਵੇ ਮੈਂ ਕਿਹਾ ਮਾੜਾ ਬੰਦਾ ਦਾ ਸਮਾਈ ਕੀ ਕਰਾਂ ਉਹ ਤਾਂ ਚੋਰ ਚਕਾਰ ਬੰਦਾ ਕਦੀ ਬੱਕਰੀਆਂ ਦਿੰਦਾ ਕਦੀ ਗਾਂ ਹੀ ਦਿੰਦਾ ਮੇਰਾ ਨਾ ਬੋਇਤ ਨਾ ਬਾਂਡਾ ਨਾ ਮਾਲ ਨਾ ਡੰਗੁਰ ਦਾ ਸਮਾਈ ਇੱਥੇ ਕੀ ਕਰਾਂ ਤੂੰ ਕੁਛ ਨਹੀਂ ਕਰ ਸਕਣਾ ਫਿਰ ਮੈਂ ਫਸ ਲਫੰਦਾ ਲੈ ਕੇ ਮਰ ਜਾਨੀ ਆ ਨਾ ਮਰਨਾ ਨਹੀਂ ਹੁਣ ਮੈਂ ਕੁਛ ਕਰਨਾ ਜਿਹੜੀ ਆ ਸਕੂਟਰ ਖਲੀਏ ਇਹਨੂੰ ਵੇਚ ਕੇ ਤੇ ਮੈਂ ਕੱਢ ਕੇ ਲਾ ਜਾਨਾ ਮੋਲਾ ਬਖਸ਼ਾ ਆ ਕੱਢੇ ਨਾਲ ਅੱਜ ਨਾ ਲੈ ਤੇ ਫਿਰ ਨਾ ਨਾ ਲਵੀ ਪਿਆ ਮੈਂ ਤੇਰੇ ਕੋ ਹੱਥ ਬੰਨੀ ਆ ਗਿਆ ਮੈਂ ਬੁੜਾ ਕੰਮ ਨਹੀਂ ਕਰੂੰ ਮਨਾ ਸਕਣਾ ਤੇ ਮੇਰੀ ਮਾਂ ਨੂੰ ਮਨਾ ਉਹ ਮਾਂ ਤਾਂ ਤੇਰੀ ਮੰਨਣਾ ਕੋਈ ਨਹੀਂ ਹੈ ਪਰ ਆ ਬੂੜ ਖੜ ਲਈਏ ਸਾਰੇ ਕਾਵਣ ਲਈ ਚੰਗਾ ਹੈ ਤੂੰ ਮੰਨ ਜਾ ਨਾ ਮੈਂ ਤੇਰੀ ਗੱਲ ਅੱਜ ਮੰਨੇ ਤੇ ਨਾ ਮੈਂ ਕੱਲ ਮੰਨਣੀ ਆ ਮੈਂ ਬੂੜ ਕੋ ਨਹੀਂ ਖਟਣਾਗਾ
ਓਏ ਅੰਮਾ ਨੂੰ ਛੱਡ ਤੂੰ ਬੂੜ ਆਪਾਂ ਖਟਾਂ ਇਹ ਖਟਣਾ ਪੌਸੀ ਕਿਦੇ ਹਾਂ ਵੇ ਤੈਨੂੰ ਮਾਂ ਪਿਆ ਹੀ ਆ ਸਬਕ ਸੁਣਾਇਆ ਅੱਜ ਕਿਸੇ ਦੀ ਧੀ ਬੈਣ ਨੂੰ ਪੁੱਠੀਆਂ ਮੱਤਾਂ ਪੜਾਵੀਂ ਅੰਮਾ ਹੌਸਲਾ ਕਰ ਮੈਂ ਕਈ ਪੁੱਠੀ ਮਾਤ ਨਹੀਂ ਪੜਾਈਂਦਾ ਪਿਆ ਮਾਂ ਸਮਝਾਈਂਦਾ ਪਿਆ ਬਈ ਘਰੇ ਰਹੀ ਕਰ ਸਿਰ ਚੁੰਨੀ ਕੀਤੀ ਕਰ ਨਮਾਜ਼ ਪੰਜ ਵਕਤ ਪੜੀ ਕਰ ਘੰਟਾ ਹੋ ਗਿਆ ਜਿਹੜੇ ਮੈਂ ਸੁਣਦੀ ਪਈ ਆ ਤੇਰੇ ਤੇ ਬਲੀਕ ਲੈ ਅੰਮਾ ਤੂੰ ਸੁਣੀ ਖਲੀ ਆਈ ਨਾ ਤੇ ਮੋੜ ਸੁਣ ਅਸੀਂ ਕਰਨੇ ਆ ਸੱਚਾ ਪਿਆਰ ਜਿਵੇਂ ਹੀ ਰਾਂਝਾ ਕਰਦੇ ਹਨ ਤੇ ਸਾਡੇ ਪਿਆਰ ਦੇ ਵਿੱਚ ਤਰੇੜਾ ਨਾ ਪਾ ਇਹਦਾ ਹੱਥ ਮੇਰੇ ਹੱਥ ਚ ਦੇ ਮੇਰੀ ਗੱਲ ਸੁਣ ਮੇਰੇ ਪੁੱਤਰ ਇਹਦਾ ਹੱਥ ਮੈਂ ਤੇਰੇ ਹੱਥ ਚ ਦੇਣੀ ਆ ਜਿਹੜਾ ਨਾ ਰਮਜ਼ੀ ਰਮਜ਼ੀ ਕੋਲੋਂ ਮੈਂ ਮਾਲ ਡੰਗਰ ਵੀ ਲਈ ਬੈਠੀ ਆ ਤੇ ਕੋਈ ਮੈਨੂੰ ਕੋਈ ਪੈਸੇ ਪੂਸੇ ਲਾ ਕੇ ਤੇ ਮੈਂ ਉਹ ਵੀ ਖਾਦੀ ਬੈਠੀ ਆ ਤੂੰ ਤਾਂ ਮਕਾਰ ਕਾ ਭੈਣ ਬੈਠੀ ਆਈ ਉਹਦਾ ਆਪਾਂ ਕਰ ਲੈਨੇ ਆ ਸੁਗਰੀ ਦਾ ਵੱਟਾ ਤੇਰੀ ਭੈਣ ਚ ਦੇਣੀ ਆ ਮੈਂ ਰਮਜ਼ੀ ਨੂੰ ਤੇ ਇਹਦਾ ਵਿਆਹ ਮੈਂ ਤੇਰੇ ਨਾਲ ਚ ਕਰਨੀ ਆ ਓਏ ਅੰਮਾ ਅੱਲਾ ਤੇਰਾ ਭਲਾ ਕਰੇ ਮਾਂ ਤੇ ਆਇਆ ਇਕੱਲਾ ਤੇ ਇਕੱਲਾ ਦੁਨੀਆ ਤੋਂ ਹੋਰ ਨਾ ਮੇਰਾ ਭੈਣ ਤੇ ਨਾ ਮੇਰਾ ਵਿਰਾ ਤੇ ਪੁੱਤਰ ਤੂੰ ਆਇਆ ਨਾ ਇਕੱਲਾ ਤੇ ਆਪਦੀ ਇੱਜ਼ਤ ਨਾਲ ਇਥੋਂ ਇਕੱਲਾ ਹੀ ਨਿਕਲ ਜਾ ਚਲਾ ਨਹੀਂ ਤੇ ਘਰ ਚੱਲ ਖਿਆਜ ਮੈਂ ਤੇਰੀ ਹੱਡੀਆਂ ਨੇ ਵੇਖ ਤੇ ਨਾ ਲੂਣ ਲੈਂਦੇ ਤੇ ਤੂੰ ਨਿਕਲੀ ਆ ਗਦ ਵਾਸਤੇ ਤੂੰ ਘਰੋਂ ਬਾਹਰ ਮੈਨੂੰ ਸ਼ਾਕ ਪੰਦਾ ਹੈ ਲਾਲੀ ਦੇ ਬਾਦਸ਼ਾਹ ਦੇ ਨਸੀਬਾਂ 'ਚ ਹੋਈ ਖਲੀ ਹੈ ਮੈਨੂੰ ਨੀ ਮੈਂ ਬੱਕਰੀਆਂ ਦੀ ਗੱਲ ਕਰ ਰਿਹਾ ਬੱਕਰੀਆਂ ਦੀ ਤੇਰੀ ਗੱਲ ਕਰਦੀ ਪਈ ਆ ਤੂੰ ਮੇਰੇ ਤੇ ਏਡੀ ਅੱਖ ਤੱਕ ਆ ਹਰ ਵੇਲੇ ਹੋਈ ਜਾਨੀ ਚੁੱਪ ਕਰ ਮੇਰੀ ਦੀ ਉਹ ਮੁਸੀਬਤ ਨਾ ਹੀ ਏ ਉਹ ਤੇਰਾ ਹੋਵਾਂ ਨਾਲ ਸਾਈ ਏ ਹਾਂ ਹਾਏ ਅੰਮਾ ਤੂੰ ਇਸ ਗੱਲ ਤੇ ਪੱਕੀ ਹੋਈ ਬੈਠੀ ਹੈ ਤੂੰ ਰਿਸ਼ਤਾ ਵੀ ਮੇਰਾ ਉਹਨੂੰ ਦਿੱਤੀ ਬੈਠੀ ਹੈ ਪੁੱਤਰ ਧੀਆਂ ਦਾ ਧਰਮ ਬਗਾਨਾ ਹੁੰਦਾ ਇੱਕ ਨਾ ਇੱਕ ਦੇ ਤਾਂ ਤੂੰ ਜਾਵਣਾ ਹੀ ਉਹਨਾਂ ਦੇ ਘਰ ਆਏ ਤੈਨੂੰ ਅੰਦਰ ਚੁ ਕੀ ਐਬ ਨਜ਼ਰ ਆਇਆ ਕੋਤਾ ਜਿਹੜਾ ਤੂੰ ਮੂੰਹ ਮਾਰੇ ਰੱਖਣੀ ਹੈ ਮੈਨੂੰ ਅੰਦਰ ਚੁ ਬੜੇ ਐਬ ਨਜ਼ਰ ਆਉਂਦੇ ਨੇ ਤੇ ਤੈਨੂੰ ਅੰਦਰ ਚ ਕੀ ਖੂਬੀ ਨਜ਼ਰ ਆਈ ਖਲੀ ਹੈ ਮੈਨੂੰ ਅੰਦਰ ਖੂਬੀ ਕਾਈ ਨਜ਼ਰ ਆਈ ਹੈ ਤੇ ਤੈਨੂੰ ਮੈਂ ਪਰਨਿੰਦੀ ਪਈ ਆ ਅੰਮਾ ਗੱਲ ਸੁਣ ਮੇਰੀ ਮੈਂ ਅੰਦਰ ਕੋਈ ਨਹੀਂ ਪਰਨਿਵਣਾ ਮੈਂ ਮਾਰ ਜਾ ਸਾ ਪਰ ਉਹਨੂੰ ਕਬੂਲ ਕੋਈ ਨਹੀਂ ਕਰਨਾ ਕੱਲ ਦੇ ਮਰਦੇ ਭਾਵੇਂ ਅੱਜ ਮਰ ਜਾ ਤੇ ਪਰਨਾਵਣਾ ਮੈਂ ਤੈਨੂੰ ਦੇ ਨਾਲ ਹੀ ਚੰਗਾ ਮੋੜਾ ਇਸ ਗੱਲ ਤੇ ਪੱਕੀ ਰਵੀ ਮੰਮੀ ਉਹਨਾਂ ਨਾਲ ਕੋਈ ਨਹੀਂ ਪਰਨੀ ਬਣਾਈ ਆ ਫਿਰ ਮੈਂ ਮਰੂ ਮਾਂ ਰੋਕ ਸਕਨੀ ਤੇ ਰੋਕ ਮਗਰੋਂ ਲਾ ਮਰਨੀ ਹੈ ਤਾਂ ਮਾਰ ਚੰਗਾ ਫਿਰ ਤੈਨੂੰ ਮੈਂ ਮਾਰ ਕੇ ਵਿਖਾਸਾਂ ਹਾਂ ਸਾਬਰਾ ਮੈਂ ਜੋ ਇਹ ਗੱਲ ਕਰ ਬੈਠੀ ਹਾਂ ਤੇ ਭਾਵੇਂ ਸੱਚੀ ਮਾਰ ਜਾਵੇ ਜਾਵਾਂ ਖਮੈ ਹੁੰਦੇ ਮਗੇ ਫਾਸੀ ਵਾਲੀ ਕੜਕਣੀ ਤੇ ਚੜ੍ਹਦੀ ਪਈ ਏ ਸੁਗਰੀ ਤੇ ਨਾ ਫਾਸੀ ਵਾਲੀ ਕੜਕਣੀ ਤੇ ਚੜ੍ਹਾ ਨਹੀਂ ਦੇਣਾ ਮੈਂ ਹੁਣੇ ਆਇਆ ਆ ਜਾ ਮੇਰੇ ਨਾਲ ਸੁਗਰੀ ਘਰਾਂ ਛੋਟੇ ਮੋਟੇ ਬੁਲਾਰੇ ਹੁੰਦੇ ਰਹਿੰਦੇ ਇਹਨਾਂ ਮਤਲਬ ਇਹ ਨਹੀਂ ਬੰਦਾ ਫਾਸੀ ਲੈ ਲਵੇ ਤੇਰੇ
तो छोटा मोटा बुला रहा है, मेरी जिंदगी मौत का फैसला है। आ मेरी मां जड़ी है मौला बख्शना, मैंने परनांदी नहीं आएगी। अम्मा मेरी से गल दा डर आई, से गल दा तेरे मैं आंदा रही हां, मैनू दे अच्छा तू मेरी हिक नहीं सुनी। हां देख एक हुन फांसी लऊवे मैनू होण दे अच्छा, खुदा दा राय मैं तेरे हाथ जोड़ना। मैनू तो आके ना बंदा बाबे घर ते जा, निकल जा तू इत्थों। हां निकल जा चल दफा हो, असी आपे मोई है जदी दी साडी है। मैं ई तू कांड करनी है, फांसी लग जाना मोर चंगेरा सो मर गई ता सानू मोई कबूल है। तू निकल जा, खिच दूर हो जा, सानू तो बंदा नहीं पे तू। ऐसा दलील तो कमीना किस्म का इंसान है, ये सारी तेरी शरारत जड़ा है, फांसी लगी खड़ोती है। तेरी शरारत नहीं, चूहिया तू छड़ी बना बेच, चूहिया मैं छड़ी बना, तू इन सिखाना जाके फांसी लग गई कर, ये कर वो कर। है शुक्री आज भी मेरी है तो कल भी मेरी है। ओ तेरी हो जासी लेकर मरी हुई तेरी हो सी। मैं मरी हुई भी मौला बख्श दी हां। नहीं मैं मरी हुई भी मेरी है तू, तो जिंदी भी मेरी है तू। ना मैं जिंदी तेरी है ना मैं मोई है तेरी है। अच्छा असी सौ तोले सोना पाता, तू सानू वक्त पाता। मैं तेन वाखा मैं गाई मजी दे पिया। तू ना आखिया लेकिन मैं तो ऐसे मोहब्बत की नजर करदा रहे तेरी। मैं तेन मोहब्बत कदो कर दे, मैं तो शुरू तो मोहब्बत मौला बख्श नु कर दी आई। शुरू तो ए मोहब्बत नहीं है, ए खच खच। ओ सचियां मोहब्बतां, सचियां मोहब्बतां हुणे पता लग जांदा। ला मेरी गल सुन ला, हुण मैं हुणे तेनु सच्ची मोहब्बत रणे दे उत्ते काढ के तेनु विखा दे, मोर मन्ने उदारी तेरा कमाल है। अब तू मेरा गल ना कर, मैं चबल जान दी दफा हो जाई इत्थों। नहीं सच्ची मोहब्बत मैं तेनु काढ के विखावां, नितारा तो कर ला, मोर फांसी लग जावे मैं तेनु रोक मेरी जान मैनू करावा दे। माला बशका जे नु गाल च पा ले तो लै झूठा हो सुगरी दे नु धक्का। ठीक है मैं धक्का देने तू इसे गाल दराज गे ता मौला बख्शा, पहले मैं तेन धक्का देनी है, इस दुनिया ते अपन हिक नहीं होवन दे। तू चाल ते मगरे मैं भी आई। शाबाश मैं मर जावा तेन मगरू मरा ना देवन, मैं उस रावे दा रावा। पोत्र इस गल दी मैं गारंटी देनी है, तू मार ते इन भी मार के मैं तेरे मगरे गल सा। रिश्ता नहीं देनी है, हरू मरू सानू मार ते खुश है। रिश्ते आलू जवाब है, रिश्ते आलू जवाब है। तू मर तेन इनाम है दवा दवा के लाल जोड़ा पुआ के मगर गल सा। फांसी ला जावे कुड़ी तेरी जा, तेरी मेरी भी गल हो गई है। वाह भाई वाह, जे मैं फांसी लग के मर जावा मोर मैनू की फायदा, और मैं दे नाल जिंदगी गुजारना चाहना। मैं ते पहले आए फटकोन गाले च पा, और मेरी सारी जायदाद इंदी, जो मेरा कुछ भी है वो सारा इंदा। मैं जायदाद नु चटना हैगा, मैं तो सच्चा प्यार लबनी भी मौला बख्श चो। ये मौला बख्श सच्चा तेरे नाल प्यार करदा, तेनु आख लवे फाया मोर। मौला बख्शा मैं तेनु आंदी पईया, दुनिया ने अपन हिक नहीं होवन देना, तू फाया लै ते मगर मैं भी आई। सुगरी मरण तो मैं मर जावा तू, लेकिन आस काले सप तेन मरा नहीं देवना मेरे मगेर। कोई गल नहीं तू मर, मैं कबर दे वेच तेन आके डंग मारे कीते करसा, तेन खून पहुंचाया करसा, इंदे मैसेज दिते करसा। ओ ते मैनू गल नहीं आई खलिए। पुत्र मौला बख्शा मैं जी तेन आंदी पई हां, तू मार इंदी कन्नी गुट के मैं तेरे मगर गल सा मार के। मौला बख्शा तू मरण वाला बण, इंदी कबर भी तेरे नाल बना सा। बिल्कुल ला भाई सुगरा गल सुन, मैं तेरा करना झूठा प्यार, आ तेरा करदा सच्चा प्यार, एनु वास्ते न मरते भी खावे। शाबाश ताड़ियां ताड़ियां। आ दोस्ता आ सुगरी गल सुन मेरी, इस दुनिया ते कोई किसे नु जेड़ा मर्जी सच्चा प्यार कर लवे, किसे दी खातर मरदा नहीं, ते जेड़ा मर जावे ओ दुनिया दा आखरी बेवकूफ होंदा है, ओ दुनिया ते जलील होंदा है, आखरत दे विच भी जलील होंदा है।
ਕਿਸੇ ਦੇ ਮਰ ਜਾਵਣ ਨਾਲ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ। ਆ ਦਿਨ ਉਵੇਂ ਚੜਦਾ ਰਹਿੰਦਾ ਹੈ, ਰਾਤ ਉਵੇਂ ਹੁੰਦੀ ਹੈ, ਹਰ ਸਾਰੇ ਕੰਮ ਦੁਨੀਆ ਦੇ ਉਵੇਂ ਹੁੰਦੇ ਰਹਿੰਦੇ ਨੇ। ਤੇ ਮਾਂ ਪਿਓ ਭੈਣਾਂ ਭਰਾ ਵੀ ਸਾਰੇ ਤਿੰਨਾਂ ਦਿਨਾਂ ਬਾਅਦ ਸੋਗ ਕਰਕੇ ਰੋ ਰੂ ਕਰਕੇ ਤੇ ਚੁੱਪ ਕਰ ਜਾਂਦੇ ਨੇ। ਅਖੀਰੀ ਉਹਨਾਂ ਨੂੰ ਚੇਤਾ ਵੀ ਭੁੱਲ ਜਾਂਦਾ ਸਾਡਾ ਕੋਈ ਜੀ ਹਾਂ ਕਿ ਕੋਈ ਨਹੀਂ ਹਾਂ। ਤੇ ਐਵੇਂ ਮਰਨ ਦਾ ਕੋਈ ਫਾਇਦਾ ਨਹੀਂ। ਸਾਡੇ ਦੀਨ ਦੇ ਵਿੱਚ, ਸਾਡੇ ਮਜ਼ਹਬ ਇਸਲਾਮ ਦੇ ਵਿੱਚ ਖੁਦਕੁਸ਼ੀ ਹਰਾਮ ਹੈ। ਇਸ ਹਰਾਮ ਮੌਤ ਤੋਂ ਬਚਣਾ ਚਾਹੀਦਾ। ਯਾ ਸੁਗਰੀ, ਮੈਂ ਤੇਰੀ ਖਾਤਰ ਹਰਾਮ ਮੌਤ ਮਰ ਨਹੀਂ ਸਕਦਾ, ਪਰ ਅੰਮਾ ਗੱਲ ਸੁਣ ਲਾ ਮੇਰੀ, ਮੈਂ ਇਹਦੀ ਮੁਹੱਬਤ ਦੇ ਵਿੱਚ ਜੋ ਹੁਣ ਤੱਕ ਤੁਹਾਨੂੰ ਦਿੱਤਾ ਹੈ, ਕੋਈ ਖਵਾਇਆ ਪਿਵਾਇਆ, ਇਸ ਉਸ ਜਹਾਨ ਤੁਹਾਨੂੰ ਛੱਡਿਆ ਬਖਸ਼ਿਆ, ਤੇ ਇਹ ਖੋਤਾ ਹੀ ਮੌਲਾ ਬਖਸ਼, ਇਹਦੇ ਨਾਲ ਆਦੀ ਜ਼ਿੰਦਗੀ ਗੁਜ਼ਾਰ, ਅਸੀਂ ਜਾ ਰਹੇ ਹਾਂ, ਸਾਡਾ ਵੀ ਕਿਧਰੇ ਗੁਜ਼ਾਰਾ ਹੋ ਜਾਏਗਾ। ਔਖੀ ਹੱਡੀ ਕੱਢੀ ਹੁਣ ਆ ਬਿਸਮਿਲਾ ਕਰ, ਹੁਣ ਆਪਣੇ ਪਿਆਰ ਮੁਹੱਬਤਾਂ ਦੇ ਟਾਈਮ ਹੱਥਾਂ ਛੱਤ ਪਾ। ਤੂੰ ਮੇਰਾ ਸੱਚਾ ਪਿਆਰ ਕਰਨਾ? ਸੱਚਾ ਲੈ ਫਿਰ ਫਾਇਆ, ਲੈ ਵੀ ਬੈਲੀਆ ਉਹ ਤਾਂ ਗਿਆ ਨਾ ਨਿਕਲ, ਪਰ ਐਨੀ ਲੜੀ ਫੂਕ ਗਿਆ ਫਾਇਆ। ਹਾਂ ਫਾਇਆ ਲਾ ਕੰਮ ਉੱਠਾ ਹੈ ਤੇ ਜੁ ਚਿੱਤਾ ਰੋ। ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣੇ ਕੇ ਲੀਏ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।